असी इस कॉल दे अंत विच तुहाडे बहुमूल्य फीडबैक दी प्रतीक्षा करांगे। मेनू भी ठीक कर दो, मेरा दसो एक जी डेटा 4G का खत्म कद हो गया यार। ਅਸੀਂ ਨੈਟ ਇੰਨਾ ਵਰਤਦੇ ਹਾਂ ਕਿ ਤੁਸੀਂ ਸਾਡੇ 1 GB ਡਾਟਾ ਜਦੀ ਕੱਟ ਕੇ ਲੈ ਜਾਣਾ ਸਰ, ਮੇਰਾ ਦਿਮਾਗ ਬਹੁਤ ਖਰਾਬ ਹੋਇਆ ਪਿਆ, ਇਹਦਾ ਹੱਲ ਕਰ ਦੋ ਛੇਤੀ, ਨਹੀਂ ਮੈਂ ਕੋਈ ਇੱਥੇ ਚੋਦ ਦੂੰ ਕੋਈ। ਸਰ ਲਾਈਨ ਤੇ ਬਣੇ ਰਹੋ, ਮੈਂ ਹੁਣੇ ਤੁਹਾਨੂੰ ਦੱਸ ਦਿਓ। ਨਾ ਨਾ ਗੱਲ ਸੁਣ ਪਹਿਲਾਂ ਮੇਰੀ ਤੂੰ। ਹਾਂਜੀ ਦੇਖ, ਮੈਂ ਤਾਂ ਇੰਨਾ ਡਾਟਾ ਯੂਜ਼ ਵੀ ਨਹੀਂ ਕਰਦਾ, ਸਮਝ ਗਈ, ਨਾਲੇ ਮੈਂ ਤਾਂ ਕੋਈ ਫਿਲਮ ਫੁਲਮ ਲਾਉਂਦਾ ਨਹੀਂ ਹੈਗਾ ਕਿ ਦੂਜੀ ਪੜਾਕਾ, ਮੈਂ ਅਸੀਂ ਇੰਨਾ ਕੋਈ ਕਰਦੇ ਵੀ ਨਹੀਂ ਹੈਗੇ, ਤੁਸੀਂ ਸਾਡਾ ਡਾਟਾ ਇੰਨਾ ਕਦੋਂ ਕੱਟ ਕੇ ਲੈ ਜਾਣਾ, ਮੈਨੂੰ ਸਮਝੋ ਬਾਹਰ ਗੱਲ ਹੋਈ ਪਈ ਆ, ਮੇਰੇ ਨਹੀਂ ਸਾਰੇ ਦੁਨੀਆ ਦੇ, ਤੁਸੀਂ ਵੱਧ ਡਾਟਾ ਕੱਟਦੇ ਹੋ, ਮੇਰੀ ਗੱਲ ਸੁਣੋ ਪਹਿਲਾਂ, ਤੂੰ ਗੱਲ ਕਾਹਦੋਂ ਨਹੀਂ ਛੁੱਟਦੀ, ਕਰਦੀ ਕੀ ਆ ਤੂੰ, ਸਵਾਲ ਜਵਾਬ ਕਰੀ ਰਹੇ, ਮੈਨੂੰ ਹੈਟਰ ਦੀ ਕੁੜੀਆਂ ਕਹਾ ਤੂੰ। ਹੈਲੋ, ਹਾਂਜੀ ਸਰ, ਤੇਰੇ ਮੈਂ ਕਹਿਣਾ ਕੀ ਆ, ਤੂੰ ਕਰੀ ਕੋ ਹੋਰ ਜਾਨੀ, ਤੈਨੂੰ ਸਮਝਦੇ ਜੀ, ਬੰਦਾ ਬੋਲਦਾ ਮੈਂ ਜਨਾਨੀ ਤੇ ਹੈਗੀ, ਪਰ ਤੂੰ ਗੱਲ ਸੁਣ ਮੇਰੀ, ਸਾਡਾ 1 GB ਡਾਟਾ ਕਿਹੜਾ ਕੱਟਿਆ, ਵਾਪਸ ਕਰ ਦਿਓ, ਸਾਨੂੰ ਰਾਤ ਰੂਤ ਨੂੰ ਡਾਟਾ ਨਹੀਂ ਚਾਹੀਦਾ, ਠੀਕ ਹੈ, ਰਾਤ ਨੂੰ ਕੰਮ ਖਰਾਬ ਹੁੰਦਾ ਵੱਧ, ਮੈਂ ਤੂੰ ਦੱਸਦੀ ਗੱਲ, ਕਿਹੜਾ ਸਾਡਾ ਡਾਟਾ ਤੁਸੀਂ ਸਾਨੂੰ 1 GB ਰਾਤ ਨੂੰ ਦੇਣਾ, ਮੈਨੂੰ ਹੁਣੀ ਡਾਟਾ ਦੇ ਦਿਓ, ਮੈਨੂੰ ਹੁਣ ਬਹੁਤ ਲੋੜ ਆ। ਸਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹਦੇ ਬਾਰੇ, ਜਿਸ ਨੰਬਰ ਤੋਂ ਤੁਸੀਂ ਕਾਲ ਕਰ ਰਹੇ ਹੋ ਇਸ ਨੰਬਰ ਦੀ ਇਨਫੋਰਮੇਸ਼ਨ ਚਾਹੁੰਦੇ ਹੋ? ਨਾ ਨਾ, ਮੈਨੂੰ ਤਾਂ ਯੂਪੀ ਦਾ ਨੰਬਰ ਦੀ ਚਾਹੀਦੀ ਹੈ, ਤੈਨੂੰ ਹੋਰ ਦੁਨੀਆਂ ਕਿਹੜਾ, ਮੈਂ ਇੰਨਾ ਟਾਈਮ ਤੇਰਾ ਗੱਲਾਂ ਕਰੀਆਂ, ਤੂੰ ਐਂ ਦੱਸ ਪਹਿਲਾਂ। ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜੇ ਤੁਸੀਂ ਇਸ ਲੈਂਗੁਏਜ ਦਾ ਪ੍ਰਯੋਗ ਕਰੋਗੇ ਤਾਂ ਮੈਨੂੰ ਤੁਹਾਡੀ ਕਾਲ ਡਿਸਕਨੈਕਟ ਕਰਨੀ ਪਏਗੀ। ਆਹੀ ਕੁਛ ਪੱਲੇ ਛੋਟੇ, ਹੋਰ ਕੀ ਆ, ਕਾਲ ਡਿਸਕਨੈਕਟ ਕਰ ਦੂੰ, ਹੋਰ ਦੂਗਾ ਕਰ ਵੀ ਕੀ ਲੈਂਗ ਤੂੰ, ਇਸ ਤੋਂ ਬਾਅਦ ਇਹ ਦੱਸ ਪਹਿਲਾਂ ਤੂੰ, ਮੈਂ ਤੈਨੂੰ ਕਿਹਾ ਕੀ ਆ, ਤੈਨੂੰ ਮੈਂ ਕਿਹੜੀ ਲੈਂਗੁਏਜ ਯੂਜ਼ ਕੀਤੀ ਆ, ਮੈਂ ਤੈਨੂੰ ਪੰਜਾਬੀ 'ਚ ਗੱਲ ਕਰਦਾ ਨਾ, ਪੰਜਾਬੀ ਸਾਡੀ ਮਾਂ ਬੋਲੀ ਆ, ਮੈਂ ਤੈਨੂੰ ਗਲਤ ਦਾ ਕੋਈ ਕਿਹਾ ਨਹੀਂ। ਤੂੰ ਪਹਿਲਾਂ ਗੱਲ ਸੁਣ ਮੇਰੀ, ਤੁਸੀਂ ਸਾਡਾ ਵੱਧ ਡਾਟਾ ਕਿਉਂ ਕੱਢਦੇ ਹੋ, 1 GB ਸਾਨੂੰ ਮਿਲਦੀ ਇੱਕ ਦਿਨ 'ਚ ਜੀਓ ਦੀ, ਠੀਕ ਆ, ਤੁਸੀਂ ਸਾਡਾ ਵੱਧ ਡਾਟਾ ਕੱਢਦੇ ਹੋ 1 GB ਤੋਂ, ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਡਾਊਨਲੋਡ ਵੀ ਨਹੀਂ ਕੀਤਾ ਨਾ ਕੋਈ ਹੋਰ ਕੀਤਾ, ਕੱਲੀ ਫੇਸਬੁੱਕ ਖੋਲੀ ਆ, ਭੈਣ ਚੋਦ ਦੀ ਫੇਸਬੁੱਕ ਇੰਨਾ ਡਾਟਾ ਕਿਵੇਂ ਖਾ ਗਈ ਆ, ਦੱਸੋ। ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜੇ ਤੁਸੀਂ ਇੰਟਰਨੈਟ ਯੂਜ਼ ਕਰਦੇ ਹੋ ਤਾਂ ਹੀ ਡਾਟਾ ਜਿਹੜਾ ਖਤਮ ਹੁੰਦਾ। ਤੂੰ ਮੇਰੀ ਗੱਲ ਸੁਣ ਯਾਰ, ਤੂੰ ਮੇਰੀ ਹੁਣ ਮੇਰੀ ਗੱਲ ਸੁਣ, ਹੁਣ ਤੇਰਾ 1 GB ਪਾਈ ਹੋਇਆ, ਤੇਰਾ ਡਾਟਾ ਮਿਲਦਾ ਤੈਨੂੰ, ਠੀਕ ਆ, ਤੂੰ ਕੱਲੀ ਫੇਸਬੁੱਕ ਚਲਾਉਂਦੀ, ਫੇਸਬੁੱਕ 'ਤੇ ਫਿਲਮਾਂ ਹੈ ਨਹੀਂ ਗੰਦੀਆਂ, ਫਿਰ ਐਂ ਡਾਟਾ ਕਿਵੇਂ ਉੱਠ ਜੂ, ਤੂੰ ਐਂ ਦੱਸ ਪਹਿਲਾਂ ਮੈਨੂੰ ਵੀ ਡਾਊਨਲੋਡ ਕਰ ਲਈਏ, ਕੱਲੀ ਫੇਸਬੁੱਕ 'ਤੇ ਲਾਇਕ ਕਰਦੇ ਹਾਂ, ਫੋਟੋ ਕਮੈਂਟ ਕਰਦੇ ਹਾਂ, ਐਸਾ ਕੁਛ ਕਰਨ 1 GB ਉੱਡ ਗਈ, ਫਿਰ ਤਾਂ ਆਰਾਮ ਨਾਲ ਸੱਤ ਆ ਸਾਰੇ ਬੰਦੇ, ਐਂ ਦੱਸ। ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਵੈਬਸਾਈਟ ਨੇਮਸ ਮੈਂ ਇੱਥੋਂ ਤੁਹਾਨੂੰ ਨਹੀਂ ਦੱਸ ਦਿੰਦੀ। ਤੂੰ ਮੇਰੀ ਗੱਲ ਸੁਣ ਲੈ, ਮੇਰਾ ਦਿਮਾਗ ਨਾ ਵੱਧ ਖਰਾਬ ਕਰ, ਠੀਕ ਆ, ਤੇਰੇ ਚੱਪਲ ਫਿਰ ਜੂ, ਤੈਨੂੰ ਜਦ ਮੈਂ ਕਹਿਤਾ ਵੀ ਮੇਰਾ ਦਿਮਾਗ ਪਹਿਲੀ ਬਹੁਤ ਖਰਾਬ ਆ, ਮੈਂ ਬਹੁਤ ਚੀਜ਼ਾਂ ਲਾਉਣੀ ਸੀ ਅੱਜ, ਮੈਨੂੰ ਵਟਸਐਪ ਤੇ ਬਹੁਤ ਮੈਸੇਜ ਕਰਨੇ ਸੀਗੇ, ਮੈਂ ਨਾਲੇ ਵੀਡੀਓ ਡਾਊਨਲੋਡ ਕਰਨੀ ਸੀ, ਹੁਣ ਕੁਛ ਵੀ ਨਹੀਂ ਹੁੰਦਾ ਡਾਊਨਲੋਡ, ਹੁਣ ਦੱਸਿਆ ਜੀ ਕਰੀਏ ਕਿ 1 GB ਡਾਟਾ ਖਤਮ ਹੋ ਗਿਆ, ਭੈਣ ਚੋਦ ਦੀ ਸਪੀਡ ਪਤਾ ਕਿੰਨੀ ਆਉਂਦੀ ਆ, ਪਤਾ ਤੈਨੂੰ ਕਿੰਨੀ ਸਪੀਡ ਆਉਂਦੀ ਆ, ਇੱਕ ਵੀਡੀਓ ਲਾ ਵੀ ਦਿੱਤੀ 10 MB ਡਾਊਨਲੋਡ ਹੋਣ ਨੂੰ, ਸਾਰੀ ਰਾਤ ਲੱਗ ਜੂ, ਫਿਰ ਵੀ ਨਹੀਂ ਆਉਣੀ। ਲਾਈਨ ਤੇ ਬਣੇ ਰਹੋ ਸਰ, ਲਾਈਨ ਨੂੰ ਤੂੰ ਮੈਨੂੰ ਦੇ, ਲੈਣ ਲੈਣ ਦੇ ਮੈਨੂੰ ਤੂੰ। ਹੈਲੋ, ਹਾਂਜੀ ਸਰ, ਮੈਂ ਹੁਣੇ ਤੁਹਾਨੂੰ ਦੱਸ ਰਹੀ ਹਾਂ, ਨੰਬਰ ਦੀ ਡਿਟੇਲਸ ਚੈੱਕ ਕਰ ਰਹੀ ਹਾਂ ਲਾਈਨ ਤੇ ਬਣੇ, ਡਿਟੇਲ ਡਿਟੂਲ ਦਾ ਬਾਅਦ ਚੈੱਕ ਕਰ ਲਈ ਤੂੰ, ਮੈਨੂੰ 1 GB ਮੋੜ ਦੇ ਮੇਰੀ ਬਸ, ਤੇਰਾ ਧੰਨਵਾਦ ਹੋ ਭੈਣੇ, ਮੈਨੂੰ ਹੋਰ ਕੁਛ ਨਹੀਂ ਚਾਹੀਦਾ ਤੁਹਾਡੇ, ਸਮਝ ਗਈ। ਸਰ ਇਸ ਤਰ੍ਹਾਂ ਨਹੀਂ ਹੁੰਦਾ, ਜੇ ਤੁਸੀਂ ਇੰਟਰਨੈਟ ਯੂਜ਼ ਕੀਤਾ ਤਾਂ ਹੀ ਤੁਹਾਡਾ ਡਾਟਾ ਕੰਜ਼ਿਊਮ ਹੋਇਆ। ਡਾਟਾ ਮੇਰੀ ਗੱਲ ਸੁਣ, ਤੂੰ ਮੇਰਾ ਦਿਮਾਗ ਆ ਤੂੰ ਖਰਾਬ ਕਰਦੀ, ਫਿਰ ਕਿਉਂ ਕਾਲਾ ਕੱਢਦਾ, ਮੈਂ ਤੈਨੂੰ ਕਿਹਾ ਕੀ ਅਸੀਂ ਵੀ ਕੱਲੀ ਫੇਸਬੁੱਕ ਚਲਾਈਏ, ਫੇਸਬੁੱਕ ਲਾਈਟ, ਠੀਕ ਆ, ਉਹ ਕਿੰਨੀ ਕੈਂਬੀ ਖਾਂਦੀ ਆ ਮੈਨੂੰ ਐਂ ਦੱਸ ਦੇ ਤੂੰ। ਸਰ ਜੋ ਡਿਟੇਲ ਉਹਦਾ ਕੋਈ ਫਿਲਮ ਵੀ ਨਹੀਂ ਹੈਗੀ, ਸਨੀ ਲਿਆਉਂਦੀ ਫਿਲਮ, ਨਾ ਕੋਈ ਦੇਖਿਆ ਨਾ ਬਾਤ ਆ, ਨਾ ਹੀ ਕੋਈ ਹੋਰ ਖੋਲਿਆ ਵਾ, ਤੂੰ ਇੱਥੇ ਸਾਡੀ ਡਾਟਾ ਖਤਮ ਕਿਵੇਂ ਹੋਇਆ ਮੈਨੂੰ ਐਂ ਦੱਸੋ, ਪਹਿਲਾਂ ਤੁਸੀਂ ਮੈਨੂੰ ਕੱਲਾ ਕੱਲਾ ਜਾਣਕਾਰੀ ਦਿਓ ਵੀ ਕਿੱਥੇ ਕਿੱਥੇ ਡਾਟਾ ਖਤਮ ਹੋਇਆ, ਕੱਲੀ ਫੇਸਬੁੱਕ ਚਲਾਈ ਅਸੀਂ, ਹੋਰ ਤਾਂ ਕੁਝ ਚਲਾਇਆ ਨਹੀਂ ਹੈਗਾ। ਸਰ ਡਾਟਾ ਦੀ ਡਿਟੇਲ ਸਾਡੇ ਕੋਲ ਸ਼ੋਅ ਨਹੀਂ ਹੁੰਦੀਆਂ ਕਿ ਕਿੱਥੇ ਕਿੱਥੇ ਤੁਸੀਂ ਇੰਟਰਨੈਟ ਯੂਜ਼ ਕੀਤਾ, ਕਦੋਂ ਕਦੋਂ ਇੰਟਰਨੈਟ ਯੂਜ਼ ਕੀਤਾ, ਕਿੰਨਾ। ਆਹੀ ਕੋ ਸਰ ਬੱਲੇ ਛੋਟੇ, ਬਸ ਮੈਨੂੰ ਪਤਾ ਹੀ ਸੀ, ਆਹੀ ਕੋ ਗੱਲ ਕਹਿਣੀ ਆ, ਤਾਂ ਹੀ ਤਾਂ ਤੁਹਾਨੂੰ ਫੋਨ ਕੀਤਾ, ਕੁੱਤੇ ਖਾਣੀ ਕਾਨੂੰ ਤੁਹਾਡੀ, ਮੈਨੂੰ ਪਤਾ ਸੀ ਆਹੀ ਕੋ ਕਹਿਣਾ ਤੁਸੀਂ, ਸਾਡਾ ਤਾਂ ਮਾਝੀ ਗਈ ਨਾ ਫੱਟੀ ਸਾਡੀ। ਹੈਲੋ, ਹਾਂਜੀ ਸਰ, ਮੈਂ ਸੁਣ ਰਹੀ ਹਾਂ ਤੁਹਾਡੀ ਗੱਲ, ਸੁਣ ਤਾਂ ਰਹੀ ਹਾਂ, ਜਵਾਬ ਵੀ ਦੇ ਦੇ, ਕੱਲੇ ਸੁਣਨਾ ਨਹੀਂ ਕੋਈ ਫਰਕ ਪੈਂਦਾ, ਜਵਾਬ ਵੀ ਦੇ ਤੂੰ, ਕੱਲੇ ਸੁਣਨਾ ਤੇਰੇ, ਮੈਂ ਹੀ ਕਰਨਾ ਤੇਰੇ ਸੁਣ ਕੇ, ਤੂੰ ਐਡੀ ਵੱਡੀ ਛੋਟੇ ਕੇਅਰ ਬਣਿਆ ਹੋਇਆ ਕਾਪੜੀ ਆ, ਤੂੰ ਕੁੱਲੀ ਸੁਣੀ ਜਾਂਦੀ ਆ, ਜਵਾਬ ਦੇਂਗੀ ਕਿ ਤਾਂ ਗੱਲ ਬਣੂ, ਕੱਲੇ ਸੁਣਨਾ ਤੇਰਾ, ਮੈਂ ਕੀ ਕਰਾਂ ਤੇਰਾ, ਸੁਣਨੂੰ ਮੈਂ ਕੀ ਕਰਾਂ ਤੈਨੂੰ, ਸਰ ਤੁਸੀਂ ਮੇਰੀ ਇੱਥੇ ਪਤਾ ਦੀ ਭੈਣ ਖੜੀ ਗਈ, ਤੁਸੀਂ ਕਹਿੰਦੇ ਸੁਣਦੀ ਹੋ, ਮੈਂ ਇੱਥੇ 1 GB ਉੱਡ ਗਈ, ਸਾਨੂੰ ਆਦਾ 1 GB ਮੇਰੀ ਬਾਸ ਮੋੜੋ, ਨਹੀਂ ਛੋਟਾ ਬਹੁਤ ਹੱਲ ਦੁਖੀ ਕਰੂੰ, ਨਹੀਂ ਤੁਹਾਨੂੰ ਮੈਂ, ਸਮਝ ਗਈ ਗੱਲ,
ਸਰ ਜਿਵੇਂ ਕਿ ਮੈਂ ਚੈੱਕ ਕਰ ਪਾ ਰਹੀ ਹਾਂ 1 GB ਤਾਂ ਤੁਸੀਂ ਇੰਟਰਨੈਟ ਯੂਜ਼ ਕਰ ਚੁੱਕੇ ਹੋ, ਜੇ ਤੁਸੀਂ ਹੋਰ ਇੰਟਰਨੈਟ ਯੂਜ਼ ਕਰਨਾ ਚਾਹੁੰਦੇ ਹੋ ਤਾਂ ਇਹਦੇ ਵਾਸਤੇ ਡਾਟਾ ਪੈਕ ਐਕਟੀਵੇਟ ਕਰਵਾ ਸਕਦੇ ਹੋ ਆਪਣੇ ਨੰਬਰ 'ਤੇ ਤਾਂ ਕਿ ਤੁਸੀਂ ਹੋਰ ਇੰਟਰਨੈਟ ਯੂਜ਼ ਕਰ ਪਾਓ। ਅੱਛਾ ਤੁਸੀਂ ਉਹ ਵੀ ਕੱਟ ਲੈਣਾ ਫਿਰ, ਕਰਵਾ ਤਾਂ ਲਈ ਐਕਟੀਵੇਟ ਤੁਸੀਂ ਉਹ ਵੀ ਭੈਣ ਕੱਢਦੇ ਨਹੀਂ ਜੀ, ਮੈਨੂੰ ਪਤਾ ਤੁਹਾਡਾ ਨਾ ਤੁਹਾਡੇ ਨਾਲ ਰਹੇ ਹਾਂ ਖਾਜਾ ਟਾਈਮ, ਤੁਹਾਡੇ ਕੰਪਨੀ ਸਾਡੇ ਨਾਲ ਹੋ ਗਿਆ ਨਾ, ਤੁਸੀਂ ਉਹ ਵੀ ਕੱਟ ਲੈਣਾ ਵਾ, ਐਸੀ ਗੱਲ ਕਰਦੇ ਚਲੋ ਤੂੰ ਕੱਟ, ਤੁਸੀਂ ਉਹ ਵੀ ਲੈਣਾ ਵਾ। ਫਿਰ ਮੈਂ ਦੱਸਤੀ ਗੱਲ, ਜੇ ਕਰਾ ਤਾਂ ਲਈਏ ਅਸੀਂ, ਅਸੀਂ 1 GB ਮਿਲਦੀ ਹੈ ਨਾ ਐਕਟੀਵੇਟ ਤਾਂ ਕਰਾ ਲਾਂਗੇ, ਸਾਨੂੰ ਦੋ ਸੌ ਵੀ ਵਰਤ ਕੇ ਤੁਸੀਂ ਸਾਨੂੰ ਇਹਦਾ ਐਂ ਸਵਾਲ ਦੇਣਾ ਵੀ 1000 ਦੀ ਵਰਤ ਲਈ, ਭੈਣ ਕਰ ਦਿਓ ਤੁਸੀਂ ਸਾਰੇ ਕਿਸੇ ਦੀ, ਆਹ ਗੱਲਬਾਤ ਆ ਸਮਝ ਗਈ, 200 MB ਨੂੰ ਤੁਸੀਂ 1000 MB ਬਣਾ ਕੇ ਦੱਸ ਦਿਓ ਭੈਣ ਦੇ ਖਤਮ ਹੋ, ਤੁਹਾਨੂੰ ਪਤਾ ਹੋਵੇ ਜੇ ਵੀ ਇੱਥੇ ਬੰਦੇ ਆਮ ਬੰਦੇ ਨੂੰ ਤਾਂ ਨੈੱਟ ਮਿਲਦਾ ਵਰਤਣ ਨੂੰ ਬਹੁਤ, ਉਹਨੇ ਕਰਨਾ ਆਉਂਦਾ ਕੰਮ ਨੈੱਟ 'ਤੇ, ਆ ਤੁਸੀਂ ਆਪਦੀ ਆਪਦੀ ਫਿਰ ਭੈਣ ਜਦੋਂ ਲਾਉਂਦੇ ਹੋ ਜਾਂ ਤੁਹਾਨੂੰ ਪਤਾ ਨਹੀਂ ਕੋਈ, ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਤੁਸੀਂ ਬਾਰ ਬਾਰ ਇਸ ਲੈਂਗੁਏਜ ਦਾ ਪ੍ਰਯੋਗ ਕਰ ਰਹੇ ਹੋ, ਤੂੰ ਮੇਰੀ ਗੱਲ ਸਮਝ ਨਹੀਂ ਹੈਗੀ, ਤੂੰ ਭੈਣ ਦੇ ਯਾਰ, ਤੁਹਾਨੂੰ ਜਦ ਪਤਾ ਹੋਵੇ ਕੁਛ ਵੀ ਪੁੱਤਰ ਵਾਲਾ ਤੁਹਾਨੂੰ ਕੋਈ ਹੋਵੇ ਵੀ ਗੱਲ ਨਹੀਂ ਬਾਤ ਨਹੀਂ, ਤੁਸੀਂ ਸਾਡੇ 1 GB ਡਾਟਾ ਕੱਟ ਕੇ ਕਿਹੜਾ ਲੈ ਗਏ ਹੋ, ਨਾਲ ਸਾਡੇ ਐਡਵਾਈਜ਼ਰ ਦੇ ਨਾਲ ਆਪਣੇ